ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅਸੀਂ ਕਰਨ ਜਾ ਰਹੇ ਹਾਂ ਭਾਗ ਪਹਿਲਾ ਤੇ ਸਵਾਗ ਲਵਾਂਗੇ ਅਹੀਂ ਪੰਜਵਾਂ ਬੇਟਾ ਸੁਹਾਗ ਉਹ ਹੁੰਦੇ ਹਨ ਜਿਹੜੇ ਕੁੜੀ ਦੇ ਵਿਆਹ ਵਿੱਚ ਰਿਸ਼ਤੇਦਾਰ ਤੇ ਗਲੀ ਮਹੱਲਾ ਕੁੜੀ ਦੇ ਵਿਆਹ ਤੋਂ ਪਹਿਲਾਂ ਜਿਹੜੇ ਨੇ ਉਹਨਾਂ ਦੇ ਘਰ ਜਦੋਂ ਦਾ ਵਿਆਹ ਤੇ ਰਿਆ ਜਾਂਦਾ ਹੈ ਤੇ ਘਰ ਦੀਆਂ ਔਰਤਾਂ ਗਲੀ ਮੱਲੇ ਦੀਆਂ ਔਰਤਾਂ ਰਿਸ਼ਤੇਦਾਰ ਜਿਹੜੇ ਨੇ ਸ਼ਾਮ ਦੇ ਵੇਲੇ ਸਾਰਾ ਆਪਣਾ ਕੰਮ ਕਾਜ ਖਤਮ ਕਰਕੇ ਤੇ ਵਿਆਹ ਵਾਲੇ ਘਰ ਜਿਹੜੇ ਗਉਣ ਜਾਂਦੇ ਨੇ ਠੀਕ ਹੈ ਤੇ ਇਹ ਜਿਹੜੇ ਸੁਹਾਗ ਨੇ ਬੇਟਾ ਇਹਦੇ ਵਿੱਚ ਕੁੜੀ ਦੀ ਫੀਲਿੰਗ ਸਹਾਵ ਭਾਵ ਕਿ ਕੁੜੀ ਕੀ ਚਾਹੁੰਦੀ ਹੈ ਕਿ ਉਹ ਜਾ ਵਰ ਚਾਹੁੰਦੀ ਹੈ ਜਾਂ ਉਹਦੇ ਬਾਬਲ ਨੇ ਉਹਦੇ ਵਾਸਤੇ ਕਿਹੋ ਜਿਹਾ ਲਬੇ ਸਾਰੀਆਂ ਉਹਦੀਆਂ ਫੀਲਿੰਗਸ ਐ ਆਉਣ ਵਾਲੇ ਸਮੇਂ ਦੇ ਵਿੱਚ ਸੋਹਰੇ ਪਰਿਵਾਰ ਮਤਲਬ ਇਹੋ ਜਿਹਾ ਚਾਹੁੰਦੀ ਐ ਉਹ ਸਾਰੀਆਂ ਗੱਲਾਂ ਜਿਹੜੀਆਂ ਸੁਹਾਗ ਵਿੱਚ ਪ੍ਰਗਟ ਹੁੰਦੀਆਂ ਨੇ ਤੇ ਬੇਟਾ ਸਾਡਾ ਜਿਹੜਾ ਸੁਹਾਗ ਨੰਬਰ 5 ਕਰਨ ਜਾ ਰਹੇ ਆ ਉਹਦਾ ਨਾਮ ਐ ਹਰੀਏ ਨੀਰਸ ਭਰੀਏ ਖਜੂਰੇ ਇਹਦੇ ਵਿੱਚ ਜਿਹੜੇ ਹਰੀਏ ਨੀਰਸ ਭਰੀਏ ਖਜੂਰੇ ਬੇਟਾ ਇਹ ਮਟਿਆਰ ਨੂੰ ਕਿਹਾ ਗਿਆ ਹੈ ਜਿਹੜੀ ਕਿ ਵਿਆਹ ਯੋਗ ਹੋਈਦੀ ਐ ਤੇ ਬੇਟਾ ਸ਼ੁਰੂ ਕਰਦੇ ਆ ਇਸ ਸਵਾਗਤ ਵਿੱਚ ਕਿਹਾ ਗਿਆ ਹੈ ਹਰੀਏ ਨੀਰਸ ਪਰੇਖ ਜੂਰੇ ਕਿਨ ਦਿੱਤਾ ਐਡੀ ਦੂਰੇ ਬਾਬਲ ਮੇਰਾ ਦੇਸ਼ਾਂ ਦਾ ਰਾਜਾ ਉਸ ਦਿੱਤਾ ਐਡੀ ਦੂਰੇ ਮਾਤਾ ਮੇਰੀ ਮਹਿਲਾਂ ਦੀ ਰਾਣੀ ਦਾਜ ਦਿੱਤਾ ਗੜਪੂਰੇ ਇਹਦੇ ਵਿੱਚ ਇੱਕ ਨੌਜਵਾਨ ਕੁੜੀ ਜਿਹੜੀ ਕਿ ਵਿਆਹ ਦੇ ਜੋਗ ਹੈ ਉਹਨੂੰ ਕੁਐਸਚਨ ਕੀਤਾ ਜਾਂਦਾ ਉਹਨੂੰ ਪ੍ਰਸ਼ਨ ਪੁੱਛਿਆ ਜਾਂਦਾ ਹੈ ਕਿ हे ਤੀਏ हे ਜਵਾਨ ਮਟਿਆਰੇ हे ਸੋਹਣੀਏ ਤੇ ਸੁਲੱਖਣੀਏ ਮਟਿਆਰੇ ਤੈਨੂੰ ਇਸ ਮਤਲਬ ਤੇਰਾ ਵਿਆਹ ਜਿਹੜਾ ਐਨੀ ਦੂਰ ਕਿੰਨੇ ਕੀਤਾ ਠੀਕ ਹੈ ਮਤਲਬ ਕਹਿੰਦਾ ਭਾਵ ਹੈ ਕਿ ਤੇਰਾ ਵਿਆਹ ਜਿਹੜੇ हे રૂપਵੰਤੀ ਕੁੜੀ हे ਮਟਿਆਰੇ ਤੈਨੂੰ ਐਨੀ ਦੂਰ ਕਿੰਨੇ ਵਿਆਇਆ ਹੈ ਤੇ ਉਸੇ ਅਪਰੇਸ਼ਨ ਦਾ ਉੱਤਰ ਜਿਹੜੀ ਹੈ ਕੁਰੀ ਦਿੰਦੀ ਹੈ ਜਿਹੜੀ ਮਟਿਆਰ ਹੁੰਦੀ ਹੈ ਉਹ ਦਿੰਦੀ ਹੈ ਕਹਿੰਦੇ ਕਿ ਬਾਬਲ ਮੇਰਾ ਦੇਸ਼ਾਂ ਦਾ ਰਾਜਾ ਦੇਸ਼ਾਂ ਦੇ ਰਾਜਾ ਤੋਂ ਕੈਨਤ ਭਾਵ ਹੈ ਕਿ ਬਾਬਲ ਜਿਹੜਾ ਸਾਡਾ ਘਾਰ ਹੈ ਉਹ ਮਤਲਬ ਬੜਾ ਰਿਚ ਰੱਜਿਆ ਪੁਜਿਆ ਘਾਰ ਹੈ ਤੇ ਉਹ ਦੇਸ਼ਾਂ ਦਾ ਰਾਜਾ ਮਤਲਬ ਇੰਨਾ ਰਿਚ ਪਰਸਨ ਹੈ ਕਿ ਉਹਨੇ ਬਾਬਲ ਨੇ ਕੀ ਕੀਤਾ ਕਿ ਆਪਣੇ ਲੈਵਲ ਦਾ ਮਤਲਬ ਆਪਣੇ ਜਿਹੜਾ ਉਹਦਾ ਲੈਵਲ ਹੈ ਉਹਦੇ ਵਾਂਗ ਹੀ ਰੱਜਿਆ ਪੂਜਿਆ ਘਰ ਜਿਹੜਾ ਮੇਰੇ ਵਾਸਤੇ ਲੱਭਿਆ ਹੈ ਕਿਉਂਕਿ ਉਹ ਜਿਹੜਾ ਘਰ ਥੋੜੀ ਦੂਰ ਹੈ ਜਿਹੜਾ ਰੱਜਿਆ ਪੂਜਿਆ ਘਰ ਦਾ ਰਿਸ਼ਤਾ ਜੇ ਨੇੜੇ ਤੇੜੇ ਨਹੀਂ ਲੱਭਿਆ ਉਹ ਘਰ ਦੂਰ ਹੈ ਤੇ ਮੇਰੇ ਬਾਬਲ ਨੇ ਮੇਰੇ ਵਾਸਤੇ ਇੱਕ ਚੰਗਾ ਖਾਨਦਾਨੀ ਘਰ ਲੱਭਿਆ ਜਿਹੜਾ ਕਿ ਦੂਰ ਹੈ ਉਸ ਦਿੱਤਾ ਐਨੀ ਦੂਰ ਠੀਕ ਹੈ ਫਿਰ ਅੱਗੇ ਕੀ ਆ ਕਿ ਮਾਤਾ ਮੇਰੀ ਮਹਿਲਾਂ ਦੀ ਰਾਣੀ ਕਹਿੰਗੇ ਮਾਤਾ ਜਿਹੜੀ ਹੈ ਮੇਰੀ ਮਾਂ ਵੈ ਉਹ ਵੀ ਮਹਿਲਾਂ ਦੀ ਰਾਣੀ ਕਹਨ ਦਾ ਭਾਵੇਂ ਹੈ ਕਿ ਉਹਨਾਂ ਦਾ ਘਰ ਜਿਹੜਾ ਬਹੁਤ ਹੀ ਖਾਂ ਰੱਜਿਆ ਪੁਜਿਆ ਹੈ ਰਿਚ ਘਰ ਹੈ ਤੇ ਉਸੇ ਤਰ੍ਹਾਂ ਦਾ ਜਿਹੜਾ ਘਰ ਲੱਭ ਕੇ ਦਿੱਤਾ ਮੇਰੇ ਮਾਪਿਓ ਨੇ ਤੇ ਉਹ ਜਿਹੜਾ ਘਰ ਰੱਜਿਆ ਪੁਜਿਆ ਘਰ ਲੱਭਿਆ ਉਹ ਐਡੇ ਲੱਗੇ ਨਹੀਂ ਸੇ ਉਹ ਦੂਰ ਹੈ ਠੀਕ ਹੈ ਬਟੇ ਇਸ ਤਰ੍ਹਾਂ ਕਹਿੰਦੇ ਕਿ ਮੇਰੀ ਮਾਤਾ ਜਿਹੜੀ ਹੈ ਮਹਿਲਾਂ ਦੀ ਰਾਣੀ ਹੈ ਤੇ ਉਹਨੇ ਮੈਨੂੰ ਬਹੁਤ ਸਾਰਾ ਦਾਜ ਦਿੱਤਾ ਹੈ ਵਿਆਹ ਵਾਸਤੇ ਬਹੁਤ ਸਾਰਾ ਦਾਜ ਦਿੱਤਾ ਹੈ ਤੇ ਮੇਰੇ ਵਾਸਤੇ ਵੀ ਵਧੀਆ ਘਰ ਲੱਭਿਆ ਜਿਹੜਾ ਕਿ ਨੇਰੇ ਨਹੀਂ ਲੱਭਿਆ ਗਿਆ ਦੂਰੇ ਲੱਭਿਆ ਗਿਆ ਠੀਕ ਹੈ ਅੱਗੇ ਫਿਰ ਕਹਿੰਦੇ ਆ ਹਰੀਏ ਨੀ ਰਸ ਭਰੀਏ ਖਜੂਰੇ ਕਿੰਨ ਦਿੱਤਾ ਐਨੇ ਦੂਰੇ ਚਾਚਾ ਮੇਰਾ ਦੇਸ਼ਾਂ ਦਾ ਰਾਜਾ ਉਸ ਦਿੱਤਾ ਐਨੇ ਦੂਰੇ ਚਾਚੀ ਮੇਰੀ ਮਹਿਲਾਂ ਦੀ ਰਾਣੀ ਦਾਜ ਦਿੱਤਾ ਗੱਡ ਪੂਰੇ ਇਸ ਤੋਂ ਬਾਅਦ ਫਿਰ ਜਿਸ ਨੇ ਆਪਣੇ ਬਾਬਲ ਨਾਲ ਗੱਲ ਕੀਤੀ ਹੈ ਮਟਿਆਰ ਨੇ ਜਿਹੜੀ ਵਿਆਹਣ ਵਾਲੀ ਹੈ ਬਹੁਤ ਵਿਆਹ ਦੇ ਕਾਬਲ ਹੋ ਚੁੱਕੀ ਹੈ ਤੇ ਬਹੁਤ ਸੋਹਣੀ ਇਸ ਲਖਣੀ ਮਟਿਆਰ ਹੈ ਉਹਨੂੰ ਕਿਹਨੇ ਪ੍ਰਸ਼ਨ ਕੀਤਾ ਕਿ ਹੇ ਹਰੀਏ ਰਸ ਭਰੀਏ ਮਤਲਬ ਇਨੇ ਜੋਬਨ ਦੇ ਨਾਲ ਭਰੀਏ ਹੋਈ ਇਹ ਜਵਾਨ ਕੁੜੀ ਐ ਸੋਹਣੀਆ ਕੁੜੀ ਐ ਸਲੱਖਣੀਆਂ ਕੁੜੀ ਐ ਤੈਨੂੰ ਇੰਨੀ ਦੂਰ ਕਿੰਨੇ ਵਿਆਹ ਦਿੱਤਾ ਫਿਰ ਉਹ ਅਨਸਰ ਦਿੰਦੀ ਹੈ ਫਿਰ ਉੱਤਰ ਦਿੰਦੀ ਹੈ ਕਿ ਜਿਹੜੇ ਮੇਰੇ ਚਾਚਾ ਹੈ ਉਹ ਦੇਸ਼ਾਂ ਦਾ ਰਾਜਾ ਮਤਲਬ ਜਿਵੇਂ ਇੱਕ ਦੇਸ਼ ਵਿੱਚ ਰਾਜੇ ਦੀ ਪੋਜੀਸ਼ਨ ਹੁੰਦੀ ਹੈ ਉਸੇ ਤਰ੍ਹਾਂ ਜਿਹੜਾ ਮੇਰਾ ਚਾਚਾ ਬੜਾ ਰੱਜਿਆ ਪੂਜਿਆ ਤੇ ਉਹਨੇ ਮੇਰੇ ਵਾਸਤੇ ਘਰ ਵੀ ਇੱਕ ਰੱਜਿਆ ਪੂਜਿਆ ਘਰ ਲੱਭਿਆ ਹੈ ਤੇ ਜਿਹੜੀ ਚਾਚੀ ਹੈ ਉਹ ਮੇਰੀ ਮਹਿਲਾਂ ਦੀ ਰਾਣੀ ਹੈ ਉਹ ਮਤਲਬ ਉਹ ਵੀ ਮਤਲਬ ਰੱਜੇ ਪੂਜੇ ਘਰ ਦੀ ਹੈ ਕਹਿੰਦੇ ਮਤਲਬ ਚਾਚਾ ਤੇ ਚਾਚੀ ਜਿਹੜੇ ਦੋਨੋਂ ਜਿਵੇਂ ਮੇਰੇ ਮਾਤਾ ਪਿਤਾ ਮੇਰੇ ਰੱਜੇ ਪੂਜੇ ਘਰ ਦੇ ਕਰਕੇ ਜਿਹੜਾ ਮੇਰਾ ਵਿਆਹ ਕਰਦੇ ਪੇ ਨੇ ਰੱਜੇ 부ਜੇ ਘਰ ਵਿੱਚ ਤੇ ਉਹ ਦੂਰ ਲੱਭਾ ਉਸੇ ਤਰ੍ਹਾਂ ਜਿਹੜਾ ਚਾਚਾ ਨੇ ਵੀ ਮੇਰੇ ਵਾਸਤੇ ਵਧੀਆ ਘਰ ਰਿਚ ਘਰ ਲੱਭਿਆ ਤੇ ਉਹ ਹਨ ਨੂੰ ਲੱਗੇ ਨਹੀਂ ਮਿਲਿਆ ਉਹ ਦੂਰ ਲੱਭਿਆ ਠੀਕ ਹੈ ਇਸ ਕਰਕੇ ਇਹਦੇ ਵਿੱਚ ਚਾਚੀ ਤੇ ਚਾਚੇ ਨੂੰ ਉਹ ਹੀ ਗੱਲਾਂ ਕਹੀਆਂ ਗਈਆਂ ਨੇ ਜਿਹੜਾ ਬਾਬਲ ਤੇ ਮਾਤਾ ਨੂੰ ਕਹੀਆਂ ਗਈਆਂ ਠੀਕ ਹੈ ਬੇਟਾ ਅੱਗੇ ਹੈਗਾ ਕਹਿੰਦੇ ਹਰੀਏ ਨੀ ਰਸ ਭਰੀਏ ਖਜੂਰੇ ਕਿੰਨ ਦਿੱਤਾ ਐਡੀ ਦੂਰ ਹੈ ਮਾਮਾ ਮੇਰਾ ਦੇਸ਼ਾਂ ਦਾ ਰਾਜਾ ਠੀਕ ਹੈ ਮਾਮਾ ਮੇਰਾ ਦੇਸ਼ਾਂ ਦਾ ਰਾਜ ਉਸ ਦਿੱਤਾ ਐਡੀ ਦੂਰੇ ਮਾਮੀ ਮੇਰੀ ਮਹਿਲਾਂ ਦੀ ਰਾਣੀ ਦਾਜ ਜੀ ਦਿੱਤਾ ਗੱਡਪੂਰੇ ਠੀਕ ਹੈ ਇਹਦੇ ਵਿੱਚ ਫਿਰ ਸੁੰਦਰ ਕੁੜੀ ਨੂੰ ਜਿਸ ਨਾਲ ਪਹਿਲਾਂ ਬਾਬਲ ਨਾਲ ਕਵਚਨ ਕੀਤਾ ਠੀਕ ਹੈ ਫਿਰ ਮਾਤਾ ਨਾਲ ਫਿਰ ਚਾਚਾ ਨਾਲ ਫਿਰ ਚਾਚੀ ਨਾਲ ਕੀਤਾ ਤੇ ਇਹਦੇ ਵਿੱਚ ਜਿਹੜੀ ਸੁੰਦਰ ਰੂਪਵਤੀ ਨਵ ਵਿਆਹੀ ਮੁਟਿਆਰ ਨੂੰ ਪ੍ਰਸ਼ਨ ਕੀਤਾ ਜਾਂਦਾ ਹੈ ਕਿ ਤੈਨੂੰ ਕਿਸ ਨੇ ਐਡੀ ਦੂਰ ਵਿਆਇਆ ਹੈ ਠੀਕ ਹੈ ਤੇ ਅੱਗੇ ਉਹ ਮਟਿਆਰ ਕੀ ਕਰਦੀ ਉੱਤਰ ਦਿੰਦੀ ਹੈ ਕਹਿੰਦੇ ਕਿ ਮੇਰਾ ਮਾਮਾ ਜਿਹੜਾ ਦੇਸ਼ਾਂ ਦਾ ਰਾਜਾ ਹੈ ਜਿਸ ਨੇ ਮੈਨੂੰ ਇੰਨੇ ਦੂਰ ਜਿਹੜੇ ਰੱਜੇ ਪੁੱਜੇ ਘਰ ਦੇ ਬਰਾਬਰ ਮਤਲਬ ਜਿਸ ਆਪਣਾ ਰੱਜਿਆ ਪੁੱਜਿਆ ਘਰ ਤੇ ਰਿਚ ਖਾਨਦਾਨ ਹੈ ਉਸੇ ਤਰ੍ਹਾਂ ਦਾ ਰੱਜਿਆ ਪੁੱਜਿਆ ਘਰ ਲੱਭਣ ਵਾਸਤੇ ਐਡੀ ਦੂਰ ਪਿਆ ਹੈ ਤੇ ਜਿਹੜੀ ਮੇਰੀ ਮਾਮੀ ਹੈ ਉਹ ਮਹਿਲਾ ਦੇ ਵਿੱਚ ਰਹਿਣ ਵਾਲੀ ਰਾਣੀ ਹੈ ਠੀਕ ਹੈ ਤੇ ਉਸਨੇ ਮੈਨੂੰ ਬਹੁਤ ਸਾਰਾ ਦਾਜ ਦਿੱਤਾ ਹੈ ਮਤਲਬ ਸਾਰੇ ਗੱਡਪੁਰ ਇੱਕ ਗੱਡੇ ਮਤਲਬ ਗੱਡਪੁਰ ਮਤਲਬ ਬਹੁਤ ਜ਼ਿਆਦਾ ਜਿਹੜਾ ਦਾਜ ਦਿੱਤਾ ਹੈ ਠੀਕ ਹੈ ਇਸੇ ਤਰ੍ਹਾਂ ਜਿਹੜਾ ਸੁਭਾਗ ਹੈ ਬੇਟਾ ਇਹ ਕੰਪਲੀਟ ਹੋ ਗਿਆ ਤੇ ਹੁਣ ਇਹਦੇ ਕੁਐਸਚਨ ਅਨਸਰ ਕਰਾਂਗੇ ਜਿਹੜੇ ਕਿ ਥੋੜੇ ਜਿਹਾ ਲੌਂਗ ਹੈ ਤੇ ਜਿਹੜੇ ਵਸਤੂ ਲਿਸਟ ਕੁਐਸਚਨ ਹੋਣਗੇ ਇਹ ਸਾਡਾ ਜਿਹੜਾ ਸਾਰੇ ਸੁਭਾਗ ਕੰਪਲੀਟ ਹੋ ਜਾਣਗੇ ਉਸ ਤੋਂ ਬਾਅਦ ਅਸੀਂ ਕਰਾਂਗੇ ਠੀਕ ਹੈ ਬੇਟਾ ਤੇ ਸਾਡਾ ਪਹਿਲਾ ਕੁਐਸਚਨ ਬੰਦਾ ਹੈ ਕਹਿੰਦੇ ਕਿ ਹਰੀਏ ਨੀ ਰਸ ਪਰੇ ਖਜੂਰੇ ਲੋਕ ਗੀਤ ਵਿੱਚ ਹਰੀ ਰਸ ਪਰੇ ਖਜੂਰ ਕਿਸ ਨੂੰ ਕਿਹਾ ਗਿਆ ਹੈ ਸਾਡਾ ਅਨਸਰ ਹੈ ਕਹਿੰਦੇ ਇਸ ਲੋਕਗੀਤ ਵਿੱਚ ਹਰੀ ਰਸਪਰੀ ਖਜੂਰ ਬਹੁਤ ਹੀ ਸੋਹਣੀ ਤੇ ਨਵੇਂ ਵਿਆਹ ਵਾਲੀ ਕੁੜੀ ਨੂੰ ਕਿਹਾ ਗਿਆ ਹੈ ਜਿਹਨੂੰ ਕੁਐਸਚਨ ਕੀਤਾ ਜਾਂਦਾ ਹੈ ਨਾ ਕਿ ਤੈਨੂੰ ਇੰਨੀ ਦੂਰ ਕਿੰਨੇ ਵਿਆਹ ਛੱਡਿਆ ਉਹ ਕੁੜੀ ਨੂੰ ਕਿਹਾ ਗਿਆ ਹੈ ਹਰੀਏ ਤੇ ਰਸਪਰੀ ਖਜੂਰ ਠੀਕ ਹੈ ਮਤਲਬ ਹਰੀ ਰਸਪਰੀ ਖਜੂਰ ਦਾ मीनिंग ਹੈ ਕਿ ਬਹੁਤ ਹੀ ਜਵਾਨ ਸੁੰਦਰ ਭਰਪੂਰ ਜਵਾਨ ਕੁੜੀ ਮੁਟਿਆਰ ਹੋਈ ਕੁੜੀ ਠੀਕ ਹੈ ਅੱਗੇਗਾ ਕਹਿੰਦੇ ਨੇ ਸੈਕੰਡ ਕੁਐਸਚਨ ਹੈ ਹਰੀਏ ਨੀਰਾ ਸੁਪਰੀਏ ਖਜੂਰੇ ਲੋਕਗੀਤ ਵਿੱਚ ਕੁੜੀ ਨੇ ਕਿਹੜੇ ਕਿਹੜੇ ਰਿਸ਼ਤਿਆਂ ਦਾ ਜ਼ਿਕਰ ਆਇਆ ਹੈ ਜਿਹੜਾ ਕੁੜੀ ਦੇ ਕਿਹੜੇ-ਕਿਹੜੇ ਰਿਸ਼ਤੇ ਨੇ ਇਹਦੇ ਵਿੱਚ ਅਸੀਂ ਦੱਸਾਂਗੇ ਕਹਿੰਦੇ ਕਿ ਇਸ ਲੋਕ ਗੀਤ ਵਿੱਚ ਕੁੜੀ ਦੇ ਮਾਤਾ-ਪਿਤਾ, ਚਾਚਾ-ਚਾਚੀ, ਮਾਮਾ-ਮਾਮੀ ਦੇ ਰਿਸ਼ਤਿਆਂ ਦਾ ਜ਼ਿਕਰ ਆਇਆ ਪਹਿਲਾਂ ਉਹ ਬਾਬਲ ਨਾਲ ਕੁਐਸਚਨ ਕਰਦੀ ਹੈ ਠੀਕ ਹੈ ਤੇ ਫਿਰ ਬਾਅਦ ਚ ਜਦੋਂ ਉਹਨੂੰ ਪ੍ਰਸ਼ਨ ਪੁੱਛਿਆ ਜਾਂਦਾ ਕੁੜੀ ਨੂੰ ਕਿ ਤੈਨੂੰ ਇੰਨੇ ਕਿੰਨੇ ਇੰਨੀ ਦੂਰ ਵਿਆਹ ਦਿੱਤਾ ਤਾਂ ਉਹ ਜ਼ਿਕਰ ਕਰਦੀ ਕਿ ਮੇਰੇ ਮਾਤਾ-ਪਿਤਾ ਨੇ ਠੀਕ ਹੈ ਫਿਰ ਉਹ ਆਪਣੇ ਚਾਚਾ ਚਾਚੀ ਬਾਰੇ ਕਹਿੰਦੀ ਹੈ ਤੇ ਫਿਰ ਆਪਣੇ ਮਾਮਾ ਮਾਮੀ ਬਾਰੇ ਕਹਿੰਦੀ ਹੈ ਇਹਦਾ ਮਤਲਬ ਹੈ ਕਿ ਜਿਹੜੇ ਰਿਸ਼ਤੇ ਆਏ ਨੇ ਉਹ ਕਿਹੜੇ-ਕਿਹੜੇ ਆਏ ਨੇ ਮਾਤਾ ਪਿਤਾ ਦੇ ਮਾਮਾ ਮਾਮੀ ਦੇ ਤੇ ਚਾਚਾ ਚਾਚੀ ਦੇ ਠੀਕ ਹੈ ਬੇਟਾ ਜੀ ਨੈਕਸਟ ਹੈ 3rd ਕੁਐਸਚਨ ਕਹਿੰਦੇ ਨੇ ਕਿ ਹਰੀਏ ਨੀਰਸਪਰੀਖ ਖਜੂਰੇ ਲੋਕ ਗੀਤ ਵਿੱਚ ਕੁੜੀ ਦੇ ਵਿਲਾਪ ਦੇ ਇਹ ਢੇਰ ਸਾਰੇ ਦਾਜ ਦਾ ਟਕਰਾ ਕਿਉਂ ਪ੍ਰਗਟ ਹੋਇਆ ਹੈ ਕਹਿੰਦੇ ਵੀ ਲਾਪ मतलब ਇੱਕ ਇੱਕ ਪਾਸੇ ਕੁੜੀ ਨੂੰ ਮਤਲਬ ਵਿਆਹ ਦਾ ਇਹ ਹੈਗਾ ਕਿ ਉਹਨੂੰ ਦੁੱਖ ਵੀ ਹੈ ਠੀਕ ਹੈ ਮਤਲਬ ਦੁਖੀ ਵੀ ਹੁੰਦੀ ਹੈ ਕਿ ਮੇਰਾ ਵਿਆਹ ਐਡੀ ਦੂਰ ਹੋ ਰਿਹਾ ਹੈ ਤੇ ਦੂਜੇ ਪਾਸੇ ਉਹਨੂੰ ਢੇਰ ਸਾਰਾ ਦਾਜ ਵੀ ਦਿੱਤਾ ਜਾਂਦਾ ਤੇ ਕਹਿੰਦੇ ਕਿ ਇਹਦੇ ਵਿੱਚਕਾਰ ਕੀ ਟਕਰਾ ਪ੍ਰਗਟ ਹੋਇਆ ਹੈ ਤੁਹਾਡਾ ਆਨਸਰ ਹੈ ਕਿਉਂ ਪ੍ਰਗਟ ਕੀਤਾ ਗਿਆ ਤੁਹਾਡਾ ਆਨਸਰ ਹੈ ਕਹਿੰਦੇ ਕਿਉਂਕਿ ਇਸ ਲੋਕ ਗੀਤ ਵਿੱਚ ਇਹ ਦੱਸਿਆ ਗਿਆ ਹੈ ਕਿ ਰੱਜੇ ਪੁੱਜੇ ਮਾਪਿਆਂ ਨੂੰ ਆਪਣੀ ਧੀ ਲਈ ਰੱਜੇ ਪੁੱਜੇ ਘਰ ਦਾ ਮੁੰਡਾ ਨੇੜੇ ਨਹੀਂ ਲੱਭਿਆ ਠੀਕ ਹੈ ਮਤਲਬ ਸੇਮ ਪੋਜੀਸ਼ਨ ਵਾਲਾ ਸੇਮ ਲੈਵਲ ਵਾਲਾ ਮੁੰਡਾ ਜਿਹੜਾ ਉਹਨਾਂ ਦੇ ਘਰ ਦੇ ਲਾਗੇ ਚਾਗੇ ਨਹੀਂ ਲੱਪਾ ਸਗੂ ਦੂਰ ਲੱਭਾ ਹੈ ਠੀਕ ਹੈ ਸਗੂ ਕੀ ਹੋਇਆ ਕਿ ਉਹਨੂੰ ਦੂਰੋਂ ਲੱਭਾ ਵੈਰਿਸ਼ਤਾ ਢੇਰ ਸਾਰੇ ਦਾਜ ਜਿਹੜਾ ਉਹ ਮੀਰ ਤੇ ਰੱਜੇ ਪੁਜੇ ਕਰਦਾ ਸੂਜਕ ਹੈ ਠੀਕ ਹੈ ਕਿਉਂਕਿ ਇੱਕ ਜਿਹੜੀ ਫੈਮਿਲੀ ਹੈ ਕੁੜੀ ਦਾ ਪਰਿਵਾਰ ਹੈ ਉਹ ਬਹੁਤ ਰੱਜੇ ਪੁਜੇ ਆ ਤਾਂ ਉਹਨਾਂ ਨੇ ਕਿਹੇ ਚੀਜ਼ ਦੀ ਥੋੜ੍ਹ ਨਹੀਂ ਰੱਖੀ ਕੁੜੀ ਨੂੰ ਠੀਕ ਹੈ ਬਹੁਤ ਸਾਰਾ ਸਮਾਨ ਬਹੁਤ ਸਾਰਾ ਦਾਜ ਦਿੱਤਾ ਹੈ ਠੀਕ ਹੈ ਅੱਗੇ ਗਿਆ ਕਹਿੰਦਾ ਕਿ ਮਾਪਿਆਂ ਨੂੰ ਆਪਣੀ लाਡਲੀ ਧੀ ਵਾਸਤੇ ਬਹੁਤ ਹੀ ਚੰਗਾ ਘਰ ਤਾਂ ਮਿਲ ਗਿਆ ਹੈ ਪਰ ਉਹ ਦੂਰ ਹੋਣ ਦੇ ਕਾਰਨ ਧੀ ਦੇ ਮਨ ਵਿੱਚ ਵਿਰਲਾਪ ਉਪਜਦਾ ਹੈ ਠੀਕ ਹੈ ਕਹਿੰਦੇ ਨੇ ਕਿ ਮਤਲਬ ਉਸ ਲੈਵਲ ਦਾ ਘਰ ਤੇ ਲੱਗ ਗਿਆ ਹੈ ਮਾਤਾ ਪਿਤਾ ਨੂੰ ਪਰ ਦੂਜੇ ਪਾਸੇ ਕੀ ਹੈ ਕਿ ਦੂਰ ਹੋਣ ਦੇ ਕਰਕੇ ਜਿਹੜੀ ਧੀ ਹੈ ਉਹ ਦੁਖੀ ਵੀ ਹੈ ਕਿਉਂਕਿ ਇੱਕ ਧੀ ਮਤਲਬ ਜਲਦੀ ਜਲਦੀ ਆਪਣੇ ਪੇਰੰਤਨ ਨੂੰ ਮਿਲ ਨਹੀਂ ਸਕਦੀ ਤੇ ਇਹਦੇ ਕਰਕੇ ਉਹਦੇ ਮਨ ਵਿੱਚ ਕੀ ਹੁੰਦਾ ਵਿਰਲਾਪ ਉਪਜਦਾ ਹੈ ਉਪਜਿਤਾ ਮਤਲਬ ਪੈਦਾ ਹੁੰਦਾ ਹੈ ਠੀਕ ਹੈ ਬੇਟਾ ਇਸ ਤਰ੍ਹਾਂ ਬੇਟੇ ਤੁਹਾਡਾ ਜਿਹੜਾ ਸੁਹਾਗਾ ਕੰਪਲੀਟ ਹੋ ਗਿਆ ਹੈ ਤੇ ਨੈਕਸਟ ਵੀਡੀਓ ਵਿੱਚ ਅਸੀਂ ਅਗਲਾ ਸੁਹਾਗਾ ਕਰਾਂਗੇ ਤੇ ਜਦੋਂ ਤੁਹਾਡੇ ਕੰਪਲੀਟ ਹੋ ਜਾਣਗੇ ਉਸਾਰ ਤੋਂ ਜਿਹੜੇ ਸ਼ਾਰਟੇ ਜਿਹੜੇ ਵਸਤੂਨਿਸ਼ਟ 1 1 ਨੰਬਰਾਂ ਦੇ ਆਉਣੇ ਨੇ ਉਹ ਹੀ ਕਰ ਲਾਵਾਂਗੇ ਇੱਕ ਵੀਡੀਓ ਵਿੱਚ ਸਾਰੇ ਕੰਪਲੀਟ ਕਰ ਲਾਂਗੇ ਠੀਕ ਹੈ ਬੇਟਾ ਤੇ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਇਹਨੂੰ ਅੱਛੇ ਤਰ੍ਹਾਂ ਤਿਆਰੀ ਕਰਨਾ ਠੀਕ ਹੈ